Thank you.
ਸੁਣ ਕੇ ਚੋਰੀ ਕਰਕੇ ਇਹਨਾਂ ਫਕਰਾਂ ਫਕੀਰਾਂ ਤੋਂ ਗੱਲਾਂ ਚੋਰੀ ਕਰਕੇ ਇਹਨਾਂ ਦੀਆਂ ਗੱਲਾਂ ਇਹਨਾਂ ਨੂੰ ਸੁਣਾ ਕੇ ਇਹਦੇ ਵਿੱਚ ਵਿਚਾਲੇ ਆਪਣਾ ਚੁੱਲ੍ਹਾ ਦਬਾ ਲੈਣਾ। ਬਹੁਤ ਜ਼ਿਆਦਾ ਗੱਲ ਨਹੀਂ। ਅੱਜ ਕੱਲ੍ਹ ਅਰਜ਼ ਕਰਨ ਲੱਗਾ ਕਿ ਮੰਗਣਾ ਕੀ ਚਾਹੀਦਾ, ਦਰਬਾਰ 'ਚ ਜਾ ਕੇ ਕੀ ਮੰਗਣਾ ਚਾਹੀਦਾ। ਦਿਲ ਤੋਂ ਬੁਲਾਉਣ ਵਾਲਾ ਹੋਵੇ ਉਹ ਬੋਲਦਾ ਜ਼ਰੂਰ ਹੈ, ਖਸਮ ਬੋਲਦਾ ਜ਼ਰੂਰ ਹੈ, ਉਹਨੂੰ ਬੁਲਾਉਣ ਵਾਲਾ ਚਾਹੀਦਾ। ਮੰਗਣਾ ਕੀ ਚਾਹੀਦਾ? ਜਦੋਂ ਦਿਲ ਤੋਂ ਬੁਲਾਇਆ, ਮੈਂ ਤੇਰੀ ਗੋਲੀਆਂ, ਮੈਂ ਤੇਰੀ ਗੋਲੀਆਂ, ਮੈਂ ਤੇਰੀ ਗੋਲੀਆਂ, ਉਹ ਬੋਲਿਆ, ਹੋਰ ਕੀ ਚਾਹੀਦਾ? ਕੀ ਮੰਗਣਾ ਹੀ ਹੈ? ਦੁੱਧ ਚਾਹੀਦਾ ਜਾਂ ਪੁੱਤ ਚਾਹੀਦਾ? ਇੱਜ਼ਤ ਸ਼ੌਹਰਤ ਚਾਹੀਦੀ ਹੈ, ਸਿਹਤ ਚਾਹੀਦੀ ਹੈ, ਜ਼ਮੀਨ ਚਾਹੀਦੀ ਹੈ ਜਾਂ ਧਨ ਦੌਲਤ ਚਾਹੀਦਾ? ਕੀ ਚਾਹੀਦਾ ਬੋਲ। ਉਹ ਕਹਿੰਦੀ ਨਾ ਦੁੱਧ ਮੰਗਦੀਆਂ ਨਾ ਪੁੱਤ ਮੰਗਦੀਆਂ। ਬਾਬਾ ਮੇਰੇ ਪੁੱਤ ਨੂੰ ਅਮਰੀਕਾ ਭੇਜ ਦੇ, ਬਾਬਾ ਮੇਰੀ ਧੀ ਨੂੰ ਕੈਨੇਡਾ ਭੇਜ ਦੇ, ਬਾਬਾ ਮੈਨੂੰ ਕਰਜ਼ ਤੋਂ ਮਾਫੀ ਦਵਾ ਦੇ, ਮੈਨੂੰ ਕੋਰਟ ਕਚਹਿਰੀ ਦੇ ਚੱਕਰਾਂ ਚੋਂ ਬਾਹਰ ਕੱਢ ਦੇ, ਮੈਨੂੰ ਜ਼ਮੀਨ ਦੇ ਦੇ, ਮੈਨੂੰ ਪੈਸਾ ਦੇ ਦੇ, ਮੈਨੂੰ ਇੱਜ਼ਤ ਦੇ ਦੇ, ਮੈਨੂੰ ਸ਼ੌਹਰਤ ਦੇ ਦੇ। ਤੇ ਤੂੰ ਐਸੀ ਕਿਹੜੀ ਮੰਗ ਲੈ ਕੇ ਆਈ ਆ? ਇਹਨਾਂ ਸਾਰੀਆਂ ਚੀਜ਼ਾਂ ਤੋਂ ਹਟ ਕੇ ਤੂੰ ਕੀ ਮੰਗਣਾ ਹੈ? ਹੱਥ ਮੰਗ ਕੇ ਕਹਿੰਦੀ ਅਸੂ ਸੱਚ ਨਾਲ ਦੱਸਣ ਲੱਗਾ ਕਿ ਅਸਲ ਚ ਮੰਗਣਾ ਕੀ ਚਾਹੀਦਾ। ਕੀ ਤੇਰੀ ਧੀ ਹੋਵੇ, ਦਰਸ਼ਨ ਮੰਗ ਲਏ, ਦੀਦਾਰ ਮੰਗ ਲਏ, ਉਹਨੇ ਕੋਈ ਘਾਟੇ ਦਾ ਸੌਦਾ ਕੀਤਾ? ਸੌਦਾ ਘਾਟੇ ਦਾ ਕੀਤਾ? ਜਕਾਰਾ ਮਸਤਾਂ ਦਾ। ਇੱਕ ਬੰਦੇ ਨੂੰ ਗੱਡੀ ਪਸੰਦ ਆ ਗਈ, ਬੜੀ ਖੂਬਸੂਰਤ ਸੀ, BMW, Audi, Mercedes,
ਵੱਡੀ ਗੱਡੀ ਤੇ ਉਹਨੂੰ ਦੇਖੀ ਜਾਂਦਾ ਦੂਰੋਂ ਦੇਖੀ ਜਾਂਦਾ। ਗੱਡੀ ਬੜੀ ਸੋਹਣੀ ਹੈ, ਕਿਸੇ ਨੇ ਕਿਹਾ ਕਿ ਨੇੜੇ ਹੋ ਕੇ ਦੇਖਦਾ, ਦੂਰੋਂ ਦੇਖੀ ਜਾਂਦਾ। ਜ਼ਰਾ ਤਵਜੋ, ਕਿਸੇ ਨੇ ਕਿਹਾ ਕਿ ਨੇੜੇ ਹੋ ਕੇ ਦੇਖਦਾ ਵੀ ਦੂਰੋਂ ਦੇਖੀ ਜਾਂਦਾ, ਕਹਿੰਦਾ ਯਾਰ ਇਹਦੇ ਮਾਲਕ ਨਾਲ ਮੇਰੀ ਬਣਦੀ ਨਹੀਂ, ਉਹ ਮੈਨੂੰ ਹੱਥ ਨਹੀਂ ਲਾਉਣ ਦਿੰਦਾ, ਤੇ ਵਿੱਚ ਬੈਠਣ ਤੇ ਬਹੁਤ ਦੂਰ ਦੀ ਗੱਲ। ਮੁਹੱਬਤ ਕਿਹਨੂੰ ਕੀਤੀ? ਗੱਡੀ ਨੂੰ। ਉਹ ਕਹਿੰਦਾ ਫਿਰ ਇੱਕ ਤੈਨੂੰ ਰਸਤਾ ਦੱਸਾਂ, ਕਹਿੰਦਾ ਕੀ? ਕਹਿੰਦਾ ਗੱਡੀ ਨੂੰ ਛੱਡ, ਗੱਡੀ ਦੇ ਮਾਲਕ ਨੂੰ ਪਿਆਰ ਕਰ। ਜੇ ਗੱਡੀ ਦੇ ਮਾਲਕ ਨਾਲ ਪਿਆਰ ਪੈ ਗਿਆ ਤੇ ਗੱਡੀ ਦਾ ਮਾਲਕ ਵੀ ਤੇਰਾ ਤੇ ਗੱਡੀ ਵੀ ਤੇਰੀ। ਜਿੱਥੇ ਮਰਜ਼ੀ ਲਈ ਵੀ ਜਾਏ, ਜਿਹਨੂੰ ਦਰਸ਼ਨ ਹੋ ਗਏ ਨਾ ਆਪਣੇ ਮੁਰਸ਼ਦ ਦੇ, ਤੇ ਧਨ ਦੌਲਤ ਇੱਜ਼ਤ ਸ਼ੌਹਰਤ ਪੈਸਾ ਧੇਲਾ ਸਭ ਮਨਫੀ ਹੋ ਜਾਣਾ, ਸਭ ਖਤਮ ਹੋਣ ਵਾਲੀ ਚੀਜ਼। ਇੱਕੋ ਇੱਕ ਚੀਜ਼ ਲੈਣੀ ਕੀ? ਤੇਰੀ ਧੀਤ ਹੋਵੇ। ਚਾਹਤੇ ਹੋ ਅਗਰ ਦੀਦਾਰ ਤੋ ਨਜ਼ਰੇ ਟਿਕਾ ਕੇ ਰੱਖਣਾ, ਨਕਾਬ ਹੋ ਜਾਂ ਨਸੀਬ ਹੋ, ਸਰਕਦਾ ਜ਼ਰੂਰ ਹੋ। ਖੁਦਾ ਦੀ ਕਸਮ ਅਗਰ ਦੀਦਾਰ ਹੋਊਗਾ, ਇੱਕ ਵਾਰੀ ਅੱਖਾਂ ਬੰਦ ਕਰਕੇ ਸਰਕਾਰ ਅਮੀ ਚੰਦ ਨੂੰ ਨਜ਼ਰਾਂ 'ਚ ਬਿਠਾ ਕੇ ਮਿੱਠੀ ਮਿੱਠੀ ਤਾੜੀ ਵਜਾ ਕੇ ਮੇਰੇ ਨਾਲ ਕਹਿ ਦਿਓ ਕਿ ਤੇਰੀ ਦੀਦ ਹੋਵੇ।
ਤੇ ਅਸੀਂ ਅੱਖਾਂ ਤਰਜ਼